अपना मेरा दो ढाई किले बाना आएगा, दो ढाई किले हैं ठीक, दो ढाई किले नमक गम कर वो बात है बस। कितना का खर्च खुर्च हो गया, की हो गया खर्चा? 10-15 हज़ार रुपया किले मेरा आ जाएगा ठीक। स्प्रे भी होगी, घी भी पाएगा, तेल भी मैं चला लिया, सिलसिले से पैसा रिहा पाता सर कुछ करता, स्प्रेहा भी कर ली, स्प्रेहा भी कर लूंगा जी ठीक, कोई हल नहीं मेरा ਆਦੀ ਜਮ ਖਾਦਾ ਪਏ ਮੈਂ ਹੁਣ ਹੁਣ ਫਿਰ ਕੀ ਤੁਸੀਂ ਮੰਗ ਕਰਦੇ ਹੋ? ਗਵਰਨਮੈਂਟ ਤੋਂ ਮੰਗ ਕਰਦੇ ਜੀ ਕੋਈ ਸਾਨੂੰ ਮੋਟਰ ਦਾ ਸਾਧਨ ਨੀ, ਕੋਈ ਹੋਰ ਸਾਧਨ ਝੋਨਾ ਤਾਂ ਫੇਰ ਹੀ ਲੱਗੂ ਜੀ, ਕੁਛ ਸਾਧਨ ਹੋਊਗਾ ਛੋਟੇ ਜੀ ਮੇਰਾ ਆਹੀ 2 ਕਿੱਲੇ ਨਰਮਾ ਹੈ ਬੇਰਾਮੀ ਹੋ ਗਈ ਨਾ ਬੇਰਾਮੀ ਮਰਨ ਦਾ ਕੰਮ ਹੱਕ ਬਣਦਾ ਵੀ ਚੰਗੀਆਂ ਸਪਰੇਹਾਂ ਦੇਣ, ਹੁਣ ਸਰਕਾਰਾਂ ਨੂੰ ਪਤਾ ਹੀ ਹੈ ਵੀ ਸਭ ਦਾ ਨਰਮਾ ਖਰਾਬ ਹੋ ਹੀ ਜਾਂਦਾ, ਉਹਨਾਂ ਦਾ ਫਰਜ਼ ਬਣਦਾ ਹੈ ਖੇਤ ਖੇਤ ਜਾ ਕੇ ਪਰਤਾ ਜਲ ਜਿਹੜਾ ਹੋ ਗਿਆ ਟੋਕੀ ਦਾ, ਹਾਂ ਕੀ ਹੱਕ ਬਣਦਾ ਸੀ ਨਾ, ਪਿਛਲਾ ਨਰਮਾ ਮਰ ਗਿਆ, ਪਿਛਲੀ ਕਣਕ ਦਾ ਘਾਟਾ ਪੈ ਗਿਆ, ਜ਼ਿਮੀਦਾਰ ਕੀ ਕਰੂਗਾ, ਕਿੱਧਰ ਜਾਊਗਾ? ਹੁਣ ਤੇਰੇ ਕੋਲ 2-2.5 ਕਿੱਲੇ ਹੈ, ਤੂੰ ਆਪਣੇ ਬੱਚੇ ਕਿਵੇਂ ਪਾਲੇਗਾ? ਕਿਵੇਂ ਦਿਹਾੜੀ ਕਰਨੀ, ਦਿਹਾੜੀ ਵੀ ਕਰਾਂਗੇ। ਮਾੜੀ ਗੱਲ ਐਂ ਹੋ ਗਈ, ਹੁਣ ਵਿਚਾਰੇ ਦਾ ਜਰਾ ਹੀ ਨਰਮਾ ਹੈ ਹਨਾ, ਜਰਾ ਏਡਾ ਏਡਾ ਨਰਮਾ ਪੁੱਤਾ ਵਾਂਗੂ ਪਾਲ ਕੇ ਹਨਾ। ਕਿੰਨਾ ਕੁ ਖਰਚ ਖੁਰਚ ਹੋ ਗਿਆ, ਕੀ ਹੋ ਗਿਆ? ਖਰਚਾ 10-15 ਹਜ਼ਾਰ ਰੁਪਇਆ ਕਿੱਲੇ ਮੇਰਾ ਆ ਜਾਏਗਾ, ਸਪਰੇ ਵੀ ਹੋ ਗਈ, ਘੀ ਵੀ ਪੈ ਗਿਆ, ਤੇਲ ਵੀ ਮੈਂ ਚਾਹ ਲਿਆ, ਸਿਲੇ ਸਫਾ ਸਫਾ ਰਿਹਾ ਪਾ ਸਰ ਕੁਛ ਕਰਤਾ, ਸਪਰੇਹਾਂ ਵੀ ਕਰ ਲਈਆਂ, ਸਪਰੇਹਾਂ ਵੀ ਕਰ ਦੇਣਾ ਜੀ ਠੀਕ। ਆ ਖਾਧਾ ਪਏ ਹੁਣ ਹੁਣ ਫਿਰ ਕੀ ਤੁਸੀਂ ਮੰਗ ਕਰਦੇ ਹੋ? ਗਵਰਨਮੈਂਟ ਤੋਂ ਮੰਗ ਕਰਦੇ ਜੀ ਕੋਈ ਸਾਨੂੰ ਰੋਟੀ ਮਿਲਣੀ ਚਾਹੀਦੀ ਹੈ, ਝੋਨਾ ਫਿਰ ਜਦੋਂ ਕੋਈ ਸਾਧਨ ਹੀ ਨਹੀਂ, ਸਾਧਨ ਨਹੀਂ ਕਰਦੇ ਕੋਈ, ਮੋਟਰ ਦਾ ਸਾਧਨ ਨਹੀਂ, ਕੋਈ ਹੋਰ ਸਾਧਨ ਝੋਨਾ ਤਾਂ ਫਿਰ ਹੀ ਲੱਗੂ ਜੀ, ਕੋਈ ਸਾਧਨ ਹੋਊਗਾ? ਇਹ ਛੋਟੇ ਜੀ ਆਹੀ 2 ਕਿੱਲੇ ਨਰਮਾ ਹੈ ਇਹ ਵੀ ਜਾ ਬੈਠਾ ਠੀਕ ਹੈ। ਬੇਰਾਮੀ ਹੋ ਗਈ ਨਾ ਬੇਰਾਮੀ ਜੱਟੀ ਵਿੱਚ ਮਰਨ ਦਾ ਕੰਮ ਅਸਲ ਤਾਂ ਸਰਕਾਰਾਂ ਵੀ ਕੀ ਹੈ ਵੀ ਮਾੜੇ ਦਿੰਦੀਆਂ, ਬੀ ਮਾੜਾ ਆਉਂਦਾ ਫਿਰ ਸਪਰੇ ਮਾੜੀ ਆਉਂਦੀ ਹੈ, ਜੇ ਸਹੀ ਬੀ ਨਹੀਂ ਆਉਂਦਾ ਸਹੀ ਸਪਰੇ ਨਹੀਂ ਆਉਂਦੀ। ਹੁਣ ਸਰਕਾਰ ਦਾ ਹੱਕ ਬਣਦਾ ਵੀ ਚੰਗੀਆਂ ਸਪਰੇਹਾਂ ਦੇਣ, ਹੁਣ ਸਰਕਾਰਾਂ ਨੂੰ ਪਤਾ ਹੀ ਹੈ ਵੀ ਸਭ ਦਾ ਨਰਮਾ ਖਰਾਬ ਹੋ ਹੀ ਜਾਂਦਾ, ਉਹਨਾਂ ਦਾ ਫਰਜ਼ ਬਣਦਾ ਹੈ ਖੇਤ ਖੇਤ ਜਾ ਕੇ ਪਰਤਾ ਜਲ ਜਿਹੜਾ ਹੋ ਗਿਆ ਟੋਕੀ ਦਾ, ਹਾਂ ਪਿਛਲਾ ਨਰਮਾ ਮਰ ਗਿਆ, ਪਿਛਲੀ ਕਣਕ ਦਾ ਘਾਟਾ ਪੈ ਗਿਆ, ਜ਼ਿਮੀਦਾਰ ਕੀ ਕਰੂਗਾ, ਕਿੱਧਰ ਜਾਊਗਾ? ਹੁਣ ਤੇਰੇ ਕੋਲ 2-2.5 ਕਿੱਲੇ ਹੈ, ਤੂੰ ਆਪਣੇ ਬੱਚੇ ਕਿਵੇਂ ਪਾਲੇਗਾ? ਕਿਵੇਂ ਪਾਲਣੀ, ਦਿਹਾੜੀ ਕਰਨੀ ਦਿਹਾੜੀ ਵੀ ਕਰਾਂਗੇ, ਦਿਹਾੜੀ ਤਾਂ ਫੇਰ ਹੀ ਕਰਾਂਗੇ ਨਾ ਜੇ ਕਿਤੇ ਮਤਲਬ ਕੋਈ
ਦਿਹਾੜੀ ਹੋਊਗੀ ਚੱਲੂਗੀ ਦਿਹਾੜੀ ਸਭ ਦੇ ਇਹੀ ਹਾਲ ਸਭ ਦਾ ਨਰਮਾ ਮਰ ਗਿਆ ਦਿਹਾੜੀ ਕਿੱਥੇ ਕਰਾਂਗੇ ਹਨਾ ਸਾਰਾ ਖਰਚਾ ਆਪਾਂ ਲੋਕ ਕਰੀ ਬੈਠਿਆਂਗੇ ਹੁਣ ਤਾਂ ਅਸੀਂ ਆਸ ਵੀ ਮਨ ਵੀ ਟੂਟ ਵੀ ਲੱਗ ਪਾਉਣ ਕਰੇ ਹੁਣ ਲੱਗ ਜੂ ਹਾਂ ਠੀਕ ਹੈ ਮੇਰੇ ਤਾਂ ਉਹ ਆਸ ਵੀ ਖਤਮ ਹੋ ਗਈ ਹਾਂ ਅਸੀਂ ਤਾਂ ਜੀ ਸਰਕਾਰ ਕੋਲੋਂ ਮੰਗ ਕਰਦੇ ਆਂ ਵੀ ਕੀ ਨਾਂ ਆਪਣਾ ਨਾਜ਼ਮ ਸਿੰਘ ਸੌਣਫ ਨਛੱਤਰ ਸਿੰਘ ਨਾਜ਼ਮ ਸਿੰਘ ਸੌਣਫ ਨਛੱਤਰ ਸਿੰਘ ਇਹਦੇ ਕੋਲ 2.5 ਕਿੱਲੇ ਆਪਦਾ ਨਰਮਾ ਸੀਗਾ ਉਹ ਵਿਚਾਰੇ ਨੂੰ ਵਾਹਣਾ ਪੈ ਗਿਆ ਦੁਖੀ ਦਿਲ ਨਾਲ ਇਹਦੇ ਸੁੰਡੀ ਪੈ ਗਈ ਕੇਲਾ ਪੈ ਰਿਹਾ ਨਰਮਾ ਇਹਦੇ ਹੁੰਦਾ ਨੀਗਾ ਇਹਨੂੰ ਕੋਈ ਹੋਰ ਇਹਦਾ ਕੰਮ ਨਹੀਂ ਚੱਲਦਾ ਨਾ ਕੋਈ ਇੱਥੇ ਪੈਲੀ ਬੀਜਦੀ ਹੈ ਅਸੀਂ ਸਰਕਾਰ ਕੋਲੋਂ ਇਹ ਮੰਗ ਕਰਦੇ ਹਾਂ ਵੀ ਜਿਹੜਾ ਇਹਦੇ ਖੇਤ ਆ ਕੇ ਮੌਕਾ ਦੇਖਿਆ ਜਾਵੇ ਨਰਮਾ ਦੇਖਿਆ ਜਾਵੇ ਵਾਹੀ ਇਹ ਜਾਂਦਾ ਇਸ ਟਾਈਮ ਅਤੇ ਵੀ ਇਹਨੂੰ ਮੁਆਵਜ਼ਾ ਦਿੱਤਾ ਜਾਵੇ ਜੋ ਇਹਦਾ ਬਣਦਾ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਹੱਥ ਬੰਨ ਕੇ ਬੇਨਤੀ ਹੈ ਸਾਡੀ ਵੀ ਜੋ ਖੇਤੀਬਾੜੀ ਮਹਿਕਮਾ ਉਹ ਆ ਸਾਡੇ ਖੇਤਾਂ 'ਚ ਆ ਕੇ ਸਾਡਾ ਸਰਵਾ ਕਰਨ ਠੀਕ ਹੈ ਸਾਡੇ ਲੋਕਾਂ ਦਾ ਨਰਮਾ ਫਸਲ ਦੇਖਣ ਉਹਨਾਂ ਦਾ ਫਰਜ਼ ਬਣਦਾ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਠੀਕ ਹੈ ਜਿਹੜੇ 2-2, 4-4 ਕਿੱਲਿਆਂ ਵਾਲੇ ਕੀ ਕਰਨਗੇ ਜਿਹਦਾ ਨਰਮਾ ਮਰ ਗਿਆ ਉਹਦੇ ਬੱਚੇ ਕਿੱਥੋਂ ਪਾਲੂਗਾ 10-15 ਹਜ਼ਾਰ ਰੁਪਈਆ ਇਸ ਬੰਦੇ ਨੇ ਖਰਚ ਕਰਤਾ ਬੀਜ ਪਾਤਾ ਸਪਰੇਅ ਕਰਤੀ ਰੀਹਾਂ ਪਾਤੀਆਂ ਸੀਲਰ ਲਾ ਤੇ ਹੁਣ ਤੁਹਾਡੇ ਸਾਹਮਣੇ 3-3, 4-4 ਫੁੱਟ ਨਰਮਾ ਹੋ ਰਿਹਾ ਤੁਹਾਡੇ ਸਾਹਮਣੇ ਤੁਹਾਨੂੰ ਦਿੰਦਾ ਹੈਗਾ ਅਤੇ ਇਹਨੂੰ ਕੋਈ ਮਤਲਬ ਇਹਦੇ ਕੋਲ ਆੜੰਗ ਨਹੀਂ ਆ 2-2.5 ਕਿੱਲਿਆਂ ਤੋਂ ਬਿਨਾਂ ਆਪਦੀ ਪੈਲੀ ਤੋਂ ਬਿਨਾਂ ਕੋਈ ਆੜੰਗ ਨਹੀਂ ਆ ਅਸੀਂ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਸਾਡਾ ਜਿਹੜਾ ਲੋਕਾਂ ਦੀ ਫਸਲ ਮਰੀ ਹੈ ਇਹਦਾ ਨਰਮਾ ਮਰਿਆ ਨਾਜ਼ਮ ਸਿੰਘ ਸੌਣਫ ਨਛੱਤਰ ਸਿੰਘ ਪਿੰਡ ਮੈਨੂੰ ਆਉਣਾ ਇਹ ਦੁਖੀ ਦਿਲ ਨਾਲ ਆਪਦਾ ਟਰੈਕਟਰ ਹੁਣ ਤੁਹਾਡੇ ਸਾਹਮਣੇ ਜੋੜ ਰੱਖਿਆ ਤਵੀਆਂ ਪਾ ਰੱਖੀਆਂ ਨਰਮਾ ਆਪਦਾ ਵਾਹੀ ਜਾਂਦਾ ਵੀ ਜੋ ਇਹਦਾ ਮੁਆਵਜ਼ਾ ਬਣਦਾ ਇਹਨੂੰ ਬਣਦਾ ਇਹਨੂੰ ਮੁਆਵਜ਼ਾ ਦਵਾਇਆ ਜਾਵੇ ਇਹਨੂੰ ਦਿੱਤਾ ਜਾਵੇ ਸਰਕਾਰ ਕੋਲ ਸਾਡੀ ਆਹੀ ਅਪੀਲ ਹੈ ਆਪਦੇ ਬੱਚੇ ਇਹ ਪਾਲ ਸਕੇ ਆਪਦਾ ਰੋਟੀ ਰੋਜੀ ਆਪਦਾ ਢਿੱਡ ਭਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ।